ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਬੀਬੀ ਸੈਂਤੀ ਮੀਡੀਆ ਤੇ ਅੱਜ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਜੀ ਗੁਰਮੁਖ ਫਿਲਮ ਦੀ ਅਪਡੇਟ ਲੈ ਕੇ। ਹਾਂਜੀ, ਗੁਰਮੁਖ ਫਿਲਮ ਜਦੋਂ ਦੀ ਅਨਾਊਂਸ ਹੋਈ ਆ ਸਾਰਿਆਂ ਦੇ ਦਿਲਾਂ ਦੇ ਵਿੱਚ ਇਹਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਮੈਂਟ ਆ, ਕਿਉਂਕਿ ਬਹੁਤ ਘੱਟ ਫਿਲਮਾਂ ਪੰਜਾਬੀ ਸਿਨੇਮਾ ਦੇ ਵਿੱਚ ਕਿਸੇ ਕੰਟੈਂਟ ਉੱਪਰ ਬਣਦੀਆਂ, ਕੁਛ ਜੋ ਅਲੱਗ ਹੁੰਦੀਆਂ, ਅਤੇ ਗੁਰਮੁਖ ਉਹਨਾਂ ਵਿੱਚੋਂ ਇੱਕ ਫਿਲਮ ਆ। ਅਤੇ ਜੇ ਮੈਂ ਗੱਲ ਕਰਾਂ ਤਾਂ ਇਹਦੀ ਰਿਲੀਜ਼ਿੰਗ ਡੇਟ ਅਨਾਊਂਸ ਕਰ ਦਿੱਤੀ ਗਈ ਆ, ਅਤੇ ਗੁਰਮੁਖ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ 27 ਅਗਸਤ 2021 ਨੂੰ। ਇਹਦਾ ਜਿਹੜਾ ਟੈਗ ਲਾਈਨ ਆ ਇਸ ਫਿਲਮ ਦਾ ਉਹੀ ਬਹੁਤ ਸ਼ਾਨਦਾਰ ਆ, ਬਹੁਤ ਖੂਬਸੂਰਤ ਆ। ਵੈਸੇ ਇਹਦਾ ਟਾਈਟਲ ਗੁਰਮੁਖ ਆਪਸ ਦੇ ਵਿੱਚ ਕਿ ਬਹੁਤ ਵੱਡਾ ਟਾਈਟਲ ਆ, ਬਟ ਜਿਹੜਾ ਇਹਨਾਂ ਨੇ ਇਹਦੇ ਵਿੱਚ ਇੱਕ ਟੈਗ ਲਾਈਨ ਲਿਖੀ ਆ ਉਹ ਹੈਗੀ ਆ ਜੀ, ਪੱਗ ਸਿਰਫ 7 ਮੀਟਰ ਦਾ ਕੱਪੜਾ ਨਹੀਂ ਇੱਕ ਜ਼ਿੰਮੇਵਾਰੀ ਹੈ। ਇੱਥੋਂ ਆਈਡੀਆ ਹੋ ਜਾਂਦਾ ਕਿ ਫਿਲਮ ਪੰਜਾਬ ਦੀ, ਪੰਜਾਬੀਅਤ ਦੀ, ਪੰਜਾਬੀ ਵਿਰਸੇ ਦੀ ਗੱਲ ਕਰੂਗੀ। ਅਤੇ ਜੇ ਗੱਲ ਕਰੀਏ ਇਸ ਫਿਲਮ ਨੂੰ ਲੈ ਕੇ ਆ ਰਿਹਾ ਜੀ ਰਾਣਾ ਆਹਲੂਵਾਲੀਆ ਪ੍ਰੋਡਕਸ਼ਨਸ, ਅਤੇ ਇਹਨਾਂ ਨੇ ਹੀ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਅਤੇ ਇਹਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਜੀ ਪਾਲੀ ਭੁਪਿੰਦਰ ਸਿੰਘ ਉਹਨਾਂ ਨੇ, ਜਿਨ੍ਹਾਂ ਨੇ ਹੁਣ ਥੋੜ੍ਹੇ ਦਿਨ ਪਹਿਲਾਂ ਹੀ ਦੇਵ ਖਲੋਟ ਜੀ ਦੇ ਨਾਲ ਇੱਕ ਫਿਲਮ ਅਨਾਊਂਸ ਕੀਤੀ ਆ। ਜੇ ਗੱਲ ਕਰੀਏ ਤਾਂ ਇਸ ਫਿਲਮ ਦੀ ਕਾਸਟ ਦੀ, ਅਤੇ ਇਸ ਫਿਲਮ ਦੇ ਵਿੱਚ ਸਾਨੂੰ ਜਿਹੜੀ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਜੀ ਕੁਲਜਿੰਦਰ ਸਿੱਧੂ ਜੀ, ਅਤੇ ਸਾਰਾ ਗੁਰਪਾਲ ਜੀ, ਗੁਰਲੀਨ ਚੋਪੜਾ ਜੀ, ਸਰਦਾਰ ਸੋਹੀ ਜੀ, ਮਲਕੀਤ ਰੋਣੀ ਜੀ, ਯਾਦ ਗਰੇਵਾਲ, ਆਕਾਂਸ਼ਾ ਸਰੀਨ ਜੀ, ਕਰਨ ਸੁਭਾਲੀ ਵਾਲੀਆ, ਰਾਣਾ ਆਹਲੂਵਾਲੀਆ ਜੀ, ਅਤੇ ਹੋਰ ਬਹੁਤ ਸਾਰੇ ਹੋਰ ਅਹਿਮ ਕਲਾਕਾਰ ਵੀ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ। ਅਤੇ ਜੇ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਮਿਊਜ਼ਿਕ ਸਾਨੂੰ ਸੁਣਨ ਮਿਲੂਗਾ ਗੁਰਮੀਤ ਸਿੰਘ ਜੀ ਦਾ, ਜੱਸੀ ਕਟਿਆਲ ਜੀ, ਗੋਲਡ ਬੋਇਜ਼ ਐਂਡ ਰੋਨੀ ਸਿੰਘ, ਅਤੇ ਇਸ ਫਿਲਮ ਦੇ ਲਿਰਿਕਸ ਲਿਖੇ ਹੋਣਗੇ ਜੀ ਦਲਜੀਤ ਸਿੰਘ ਹੁਣਾਂ ਵੱਲੋਂ, ਅਤੇ ਆਰ ਕੇ ਐੱਸ ਮਹਿੰਦੀ ਜੀ ਹੁਣਾਂ ਵੱਲੋਂ ਲਿਖੇ ਹੋਣਗੇ। ਅਤੇ ਇਹ ਫਿਲਮ 27 ਅਗਸਤ 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੋ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿੰਨੀ ਕੁ ਐਕਸਾਈਟਮੈਂਟ ਆ ਤੁਹਾਨੂੰ ਇਸ ਫਿਲਮ ਨੂੰ ਲੈ ਕੇ। ਗੁਰਮੁਖ ਰਿਲੀਜ਼ ਹੋਣ ਜਾ ਰਹੀ ਹੈ ਜੀ 27 ਅਗਸਤ 2021 ਨੂੰ।